आज की है गए? आज कौन सा नहीं आता ये? आज गणतंत्र दिवस नहीं है आज? आज है गए? आज कदो होता गणतंत्र दिवस की होता है? पता नहीं जी। अच्छा अपना झंडा अपने देश का जो झंडा है वो देश के रंग है? मैं नहीं पता ये रंग के होते हैं। पांच पांच रंग होते हैं। आजादी का किन्ने साल हो गए आजादी हुए? 77। फ्लैग दे विच कोई चक्कर भी है? हाँ जी हाँ जी चक्कर होता हो। पता नहीं की कहने चरखे चुरखे का ही होंगे पता नहीं इदा ही कुछ होंगे। गणतंत्र दिवस कदों होंगे? ये तो आप बाहर आए हैं इन्हें की पता की। गणतंत्र दिवस क्यों मनाने आप? देश याद हो गया सी आजादी मिली थी है ना। 26 जनवरी नु देश आजाद होया सी? होया सी। होया सी की होया की सी एग्जैक्टली 26 जनवरी नु? बस जी देश आजाद हो गया बाकी हुन आपां नु खुशी है बस बहुत। 26 जनवरी क्यों मनाई जांदी है? ए ना मैनु पता नहीं कदों मनाई जांदी है। एना मिनिस्टरां नु पता होगा ते कदों मनाउंदे आ। किन्ने साल हो गए आजाद होए नु? पता नहीं किन्ने साल हो गए। किन्ने साल हो गए देश आजाद होए नु? देश साल हो गए नु हो गए यार 26 साल। आओ अपनी सुनहरी संस्कृति नूं याद करिए ते अपने भारती होण ते माण करिए। आप सब नूं गणतंत्र दिवस दियां बहुत बहुत मुबारकां। सत श्री अकाल। तुसीं देख रहे हो लुधियाना टाइम ते मैं हाँ सुजल धवन। अज असीं आए सीगे ते लोकां दे विच गल्लबात करदे हाँ कि जिवें अज गणतंत्र दिवस है ते लोकां नूं किन्ना कु पता है गणतंत्र दिवस दे बारे ते अज दे दिन की होया सीगा ते किवें आपां नूं कॉन्स्टिट्यूशनल अपने राइट्स जो कि आ मिले सीगे। ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਲੋਕਾਂ ਨੂੰ ਪੁੱਛਾਂਗੇ ਕਿ ਜਿਹੜੇ ਫਲੈਗ ਦੇ ਕਲਰਸ ਆ ਉਹਨਾਂ ਨੂੰ ਪਤਾ ਹੈ ਕਿ ਨਹੀਂ ਪਤਾ। ਅੱਜ ਕੀ ਹੈਗਾ? ਅੱਜ ਕੌਣ ਸਾ ਨਹੀਂ ਆਦਾ ਜੀ? ਹੈਂ ਅੱਜ ਗਣਤੰਤਰ ਦਿਵਸ ਨਹੀਂ ਹੈਗਾ ਅੱਜ? ਹਾਂਜੀ ਹੈਗਾ। ਹਾਂਜੀ ਕਦੋਂ ਹੁੰਦਾ ਗਣਤੰਤਰ ਦਿਵਸ ਕੀ ਹੁੰਦਾ? ਪਤਾ ਨਹੀਂ ਜੀ। ਹੈਂ ਅੱਛਾ ਆਪਣਾ ਝੰਡਾ ਆਪਣੇ ਦੇਸ਼ ਦਾ ਜਿਹੜਾ ਝੰਡਾ ਹੈ ਉਹਦੇ ਵਿੱਚ ਕਿੰਨੇ ਰੰਗ ਹੁੰਦੇ? ਮੈਨੂੰ ਨਹੀਂ ਪਤਾ ਜੀ। ਉਹਦੇ ਵਿੱਚ ਰੰਗ ਕਿੰਨੇ ਹੁੰਦੇ? ਪੰਜ ਪੰਜ ਰੰਗ ਹੁੰਦੇ। ਕਿਹੜੇ ਕਿਹੜੇ? ਆਲਾ ਲੀਲਾ ਕਾਲਾ ਗੁਲਾਬੀ ਹੋਰ ਹੋਰ ਕਾਲਾ ਲੀਲਾ ਗੁਲਾਬੀ ਚਿੱਟਾ ਹੋਰ ਠੀਕ ਹੈ ਜੀ। ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਠੀਕ ਹੈ ਜੀ। ਔਰ ਸੱਤ ਰੰਗ ਹੁੰਦੇ ਆ ਜੀ ਟੋਟਲ ਸੱਤ ਰੰਗ। ਹਾਂਜੀ ਝੰਡਾ ਦਿਖਦਾ ਕਿੱਦਾਂ ਦਾ? ਜੇ ਲਾਲ ਰੰਗ ਦਾ ਝੰਡਾ ਦੇਖਦਾ ਜੀ ਆਪਾਂ ਨੂੰ। ਠੀਕ ਹੈ ਠੀਕ ਹੈ ਜੀ। ਅੱਜ ਕੀ ਹੈਗਾ? ਅੱਜ 26 ਜਨਵਰੀ ਜੀ। 26 ਜਨਵਰੀ 26 ਜਨਵਰੀ ਨੂੰ ਕੀ ਕਹਿੰਦੇ ਆਪਾਂ? ਗਣਤੰਤਰ ਦਿਵਸ। ਹੈਂ ਆਪਣੇ ਫਲੈਗ ਦੇ ਵਿੱਚ ਕਿੰਨੇ ਰੰਗ ਹੈਗੇ? ਇੰਨੇ ਰੰਗ ਨੇ ਵੀਰੇ। ਕਿਹੜੇ ਕਿਹੜੇ ਵੀਰੇ? ਕੇਸਰੀ ਚਿੱਟਾ ਤੇ ਹਰੇ। ਕਿਹੜੇ ਕੇਸਰੀ ਰੰਗ ਚਿੱਟਾ ਰੰਗ ਤੇ ਹਰਾ ਰੰਗ ਕਿਸ ਚੀਜ਼ ਦਾ ਪ੍ਰਤੀਕ ਹੈ? ਵੈਸੇ ਤਾਂ ਵੀਰੇ ਸ਼ਾਂਤੀ ਦੇ ਪ੍ਰਤੀਕ ਨੇ ਸਾਰੇ। ਹਾਂਜੀ ਏਕਤਾ ਦੀ ਭਾਵਨਾ ਵੀਰੇ ਧਰਮਾਂ ਨੂੰ ਛੱਡ ਕੇ ਜੇ ਚੰਗਾ ਇਨਸਾਨ ਬਣੀਏ ਉਹ ਵਧੀਆ ਚੀਜ਼ ਹੈ ਜੀ। ਤੇ 26 ਜਨਵਰੀ ਨੂੰ ਹੋਇਆ ਕੀ ਸੀਗਾ? ਕਿਉਂ ਮਨਾਈ ਜਾਂਦੀ 26 ਜਨਵਰੀ? ਸੰਵਿਧਾਨ ਬਣਿਆ ਸੀ ਵੀਰੇ ਆਪਣਾ। ਠੀਕ ਹੈ। ਹਾਂਜੀ ਆਪਣੇ ਕਿੰਨੇ ਸੰਵਿਧਾਨ ਨੇ? ਸੰਵਿਧਾਨ ਤਾਂ ਇੱਕ ਹੈ ਜੀ ਆਪਣਾ। ਕਿੰਨੇ ਰਾਈਟਸ ਨੇ ਉਹਦੇ ਵਿੱਚ? ਰਾਈਟਸ ਤਾਂ ਬਹੁਤ ਨਹੀਂ ਹੋਣੇ ਇਹਦੇ ਬਾਰੇ ਇੰਨਾ ਤਾਂ ਨੋਲਜ ਆਪਾਂ ਹੈ ਨਹੀਂ। ਚਲੋ ਕੋਈ ਗੱਲ ਨਹੀਂ। 26 ਜਨਵਰੀ ਵੀਰੇ 26 ਜਨਵਰੀ ਨੂੰ ਕੀ ਕਹਿੰਦੇ ਆਪਾਂ? ਗਣਤੰਤਰ ਦਿਵਸ। ਕਿਉਂ ਮਨਾਇਆ ਜਾਂਦਾ? ਇਹ ਪਤਾ ਨਹੀਂ ਵੀਰੇ ਆਪਣਾ ਇਤਿਹਾਸ ਹੀ ਆ ਆਪਣਾ ਆਜ਼ਾਦੀ ਦਾ। ਕਿੰਨੇ ਸਾਲ ਹੋ ਗਏ ਆਜ਼ਾਦੀ ਹੋਏ ਨੂੰ? 77 77 ਸਾਲ ਹੋ ਗਏ। 77 ਸਾਲ ਹੋ ਗਏ। ਕਿੰਨੇ ਕੁ ਅੱਗੇ ਚਲੇ ਗਏ ਕਿੰਨੇ ਕੁ ਪਿੱਛੇ ਚਲੇ ਗਏ? ਵੀਰੇ ਯਾਰ ਗੱਲ ਇਦਾਂ ਹੈ ਨਾ ਵੀ ਸਰਕਾਰ ਚੰਗੀ ਹੋਵੇ ਫਿਰ ਹੀ ਆ। ਅੱਛਾ ਨਹੀਂ ਹੁਣ ਰਿਪਬਲਿਕ ਡੇ ਸਰਕਾਰ ਦੇ ਮਤਲਬ ਕੀ ਕੁਛ? ਦੇਖੋ ਵੀਰੇ ਰਿਪਬਲਿਕ ਡੇ ਆ ਹੁਣ ਆਪਣਾ ਪੰਜਾਬ ਦਾ ਆਪਣੇ ਇੰਡੀਆ 'ਚ ਕਿੰਨਾ ਵੱਡਾ ਇਤਿਹਾਸ ਆ ਆਪਣੇ ਪੰਜਾਬ ਦੀ ਝਾਕੀ ਹਟਾ ਦੀ ਮੇਨ ਗੱਲ ਦਿੱਲੀ 'ਚੋਂ। ਇਹ ਗੱਲ ਤਾਂ ਠੀਕ ਹੈ। ਤੁਸੀਂ ਇਹ ਦੱਸੋ ਫਲੈਗ 'ਚ ਰੰਗ ਕਿੰਨੇ ਹੁੰਦੇ ਆ? 3। ਕਿਹੜੇ ਕਿਹੜੇ? ਸੰਤਰੀ ਚਿੱਟਾ ਤੇ ਹਰਾ। ਕਿਹਦੇ ਪ੍ਰਤੀਕ ਨੇ? ਇੰਨਾ ਨਹੀਂ ਪਤਾ ਵੀਰੇ। ਤੇ ਆਪਣੇ ਫਲੈਗ ਦੇ ਵਿੱਚ ਕੋਈ ਚੱਕਰ ਵੀ ਹੈਗਾ? ਹਾਂਜੀ ਹਾਂਜੀ ਚੱਕਰ ਹੁੰਦਾ ਉਹ ਕੀ ਕਹਿੰਦੇ ਚੱਕਰ? ਪਤਾ ਨਹੀਂ ਕੀ ਕਹਿੰਦੇ ਚਰਖੇ ਚੁਰਖੇ ਦਾ ਹੀ ਹੁੰਦਾ ਉਹ ਪਤਾ ਨਹੀਂ ਇਦਾਂ ਇਦਾਂ ਕੁਝ ਹੁੰਦਾ। ਸ਼ੋਕ ਚੱਕਰ ਕਹਿੰਦੇ? ਸ਼ੋਕ ਚੱਕਰ ਪਤਾ ਨਹੀਂ ਕੀ। 74 ਸਾਲ ਹੋ ਗਏ ਆਪਾਂ ਨੂੰ ਯਾਦ ਹੋਏ। 74 ਓਕੇ ਹਾਂਜੀ ਮੈਂ 4 ਸਾਲ ਅੱਗੇ ਵਧਾਤਾ। ਉਹ ਤੁਸੀਂ ਫੋਰਵਰਡ ਚੱਲ ਰਹੇ ਹੋ ਨਾ। ਅੱਜ ਕੀ ਹੈਗਾ?
ਹੈ ਜੀ ਅੱਜ ਕੀ ਹੈਗਾ ਆ 26 ਜਨਵਰੀ 26 ਜਨਵਰੀ ਨੂੰ ਕੀ ਕਹਿੰਦੇ ਆ ਆਪਾਂ ਹਾਂ ਤਾਂ 26 ਜਨਵਰੀ ਪਤਾ ਹੀ 26 ਜਨਵਰੀ ਕਿਉਂ ਮਨਾਈ ਜਾਂਦੀ ਆ ਇੰਨਾ ਨਹੀਂ ਇਹਨੂੰ ਪਤਾ ਜੀ 26 ਜਨਵਰੀ ਕਹਿੰਦੇ ਜੀ ਗਣਤੰਤਰ ਦਿਵਸ ਨਹੀਂ ਹੈਗਾ ਅੱਜ ਹੈ ਗਣਤੰਤਰ ਦਿਵਸ ਕਦੋਂ ਹੁੰਦਾ ਇਹ ਤਾਂ ਆਪ ਬਾਹਰੋਂ ਆਏ ਇਹਨੂੰ ਇੰਨਾ ਕੀ ਪਤਾ ਕੀ ਓਏ ਓਏ ਗਣਤੰਤਰ ਦਿਵਸ ਕਦੋਂ ਹੁੰਦਾ ਉਹ ਨਹੀਂ ਇਹਨੂੰ ਪਤਾ ਇਹ ਤਾਂ ਬਾਹਰੋਂ ਆਏ ਬਾਹਰ ਨੂੰ ਚੱਲੇ ਬਾਹਰ ਕਿੱਥੇ ਕੈਨੇਡਾ ਤੋਂ ਆਏ ਹੈ ਕੈਨੇਡਾ ਤੋਂ ਆਏ ਨਹੀਂ ਆਪਣੇ ਝੰਡਾ ਕਿਹੜਾ ਰੰਗ ਦਾ ਤਿਰੰਗਾ ਜੀ ਤਿਰੰਗਾ ਕਿਹੜੇ ਕਿਹੜੇ ਰੰਗ ਹੁੰਦੇ ਜੀ ਇੱਕ ਹਰਾ ਹੁੰਦਾ ਜੀ ਹਾਂਜੀ ਨਾਭੀ ਹੁੰਦਾ ਜੀ ਕਿਹੜਾ ਹੁੰਦਾ ਨਾਭੀ ਗੁਲਾਬੀ ਹੋ ਹਾਂਜੀ ਇੱਕ ਚਿੱਟਾ ਹੁੰਦਾ ਚਿੱਟਾ ਹੁੰਦਾ ਸਫੇਦ ਸਫੇਦ ਹਾਂ ਕਿਸ ਚੀਜ਼ ਦੇ ਪ੍ਰਤੀਕ ਨੇ ਇਹ ਹੈ ਕਿਸ ਚੀਜ਼ ਦੇ ਪ੍ਰਤੀਕ ਨੇ ਤਾਂ ਹੋਰ ਤੋਂ ਲੈਣਾ ਇੰਟਰਵਿਊ ਯਾਰ ਨਹੀਂ ਮੇਰੀ ਗੱਲ ਸੁਣੋ ਇਹਦਾ ਗੁਲਾਬੀ ਰੰਗ ਹੁੰਦਾ ਗੁਲਾਬ ਗੁਲਾਬੀ ਰੰਗ ਕਿਥੋਂ ਆਇਆ ਹੋਰ ਕਿਥੋਂ ਲੈਣਾ ਜਿੱਤਾ ਆਇਆ ਮੈਮ ਅੱਜ ਕੀ ਹੈ ਬਸੰਤ ਪੰਚਮੀ ਹਾਂਜੀ ਬਸੰਤ ਪੰਚਮੀ ਅੱਜ ਬਸੰਤ ਪੰਚਮੀ ਹੈ 26 ਜਨਵਰੀ ਦੀ 26 ਜਨਵਰੀ ਨੂੰ ਬਸੰਤ ਪੰਚਮੀ ਮਨਾਈ ਜਾਂਦੀ ਹੈ ਨਹੀਂ ਨਹੀਂ ਕਿਹੜੀ ਕੀ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ ਗਣਤੰਤਰ ਦਿਵਸ ਕਿਉਂ ਮਨਾਉਂਦੇ ਆ ਆਪਾਂ ਦੇਸ਼ ਯਾਦ ਯਾਦ ਹੋ ਗਿਆ ਸੀ ਦੇਸ਼ ਆਜ਼ਾਦੀ ਮਿਲੀ ਸੀ ਆਪਾਂ ਆਪਣੇ ਦੇਸ਼ ਨੂੰ ਕਿੰਨੇ ਸਾਲ ਹੋ ਗਏ ਆਜ਼ਾਦ ਹੋਏ 75 75 ਸਾਲ ਹੋ ਗਏ ਮਾੜੇ ਕੱਗੇ ਨਹੀਂ ਆ ਗਏ ਤੁਸੀਂ ਚਲਾਂਗੇ ਅੱਛਾ ਆਪਣੇ ਝੰਡੇ ਦੇ ਰੰਗ ਕਿੰਨੇ ਹੁੰਦੇ ਤਿੰਨ ਕਿਹੜੇ ਕਿਹੜੇ ਕੇਸਰੀ ਵਾਈਟ ਗ੍ਰੀਨ ਕੇਸਰੀ ਵਾਈਟ ਤੇ ਗ੍ਰੀਨ ਕਿਸ ਚੀਜ਼ ਦਾ ਪ੍ਰਤੀਕ ਕਿਸ ਚੀਜ਼ ਦਾ ਨੇ ਕੀ ਚੀਜ਼ੇ ਸ਼ੋ ਕਰਦੇ ਨੇ ਕੇਸਰੀ ਰੰਗ ਆਪਣਾ ਜੰਗ ਪਤਾ ਜੰਗ ਦਾ ਵਾਈਟ ਸ਼ਾਂਤੀ ਦਾ ਗ੍ਰੀਨ ਗ੍ਰੀਨ ਵੀ ਸ਼ਾਂਤੀ ਦਾ ਇੱਕ ਨੀਲੇ ਰੰਗ ਦਾ ਚੱਕਰ ਹੁੰਦਾ ਹੈ ਉਹ ਕਿਸ ਚੀਜ਼ ਦਾ ਚੱਕਰ ਹੈ ਅਸ਼ੋਕ ਚੱਕਰ ਕਿੰਨੀਆਂ ਡੰਡੀਆਂ ਉਹਦੇ ਚ 24 24 ਡੰਡੀਆਂ ਹੁੰਦੀਆਂ ਉਹ ਕਿਸ ਚੀਜ਼ ਦਾ ਪ੍ਰਤੀਕ ਹੈ ਪਤਾ ਨਹੀਂ ਅੱਜ ਮੈਡਮ ਕੀ ਹੈਗਾ ਅੱਜ 26 ਜਨਵਰੀ ਆ ਕੀ ਹੁੰਦਾ 26 ਜਨਵਰੀ ਨੂੰ ਪ੍ਰੋਬਲਮ ਤਾਂ ਹਾਂਜੀ 26 ਜਨਵਰੀ ਨੂੰ ਹੁੰਦਾ ਕੀ ਹੈ ਝੰਡਾ ਲਾਉਂਦੇ ਆ ਹੋਰ ਕੀ ਝੰਡਾ ਲਾਉਂਦੇ ਆ ਝੰਡਾ ਦਾ 15 ਨੂੰ ਵੀ ਲਾਉਂਦੇ ਆ ਅੱਛਾ 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 ਗਣਤੰਤਰ ਦਿਵਸ ਅੱਜ ਹੈਗਾ ਕਿ ਕਦੋਂ ਹੁੰਦਾ ਭਾਜੀ ਮੈਨੂੰ ਇਦਾਂ ਨਹੀਂ ਪਤਾ ਆਪਣਾ ਜਿਹੜਾ ਝੰਡਾ ਹੈ ਤਿਰੰਗ ਕਿੰਨੇ ਰੰਗਾਂ ਦਾ ਹੁੰਦਾ ਇਹ ਤਾਂ ਤਿੰਨ ਰੰਗ ਦਾ ਹੁੰਦਾ ਕਿਹੜੇ ਕਿਹੜੇ ਰੰਗ ਹੁੰਦੇ ਇੱਕ ਹੁੰਦਾ ਸੰਤਰੀ ਇੱਕ ਹੁੰਦਾ ਵਿਚਾਲੇ ਚੱਟਾ ਇੱਕ ਹੁੰਦਾ ਹਰਾ ਇਹ ਕੀ ਚੀਜ਼ ਸ਼ੋਅ ਕਰਦੇ ਆ ਆਪਾਂ ਨੂੰ ਕੀ ਦੱਸਦੇ ਕੀ ਹੈ ਕਿ ਇਹ ਰੰਗ ਕੀ ਦੱਸਦੇ ਸਾਨੂੰ ਰੰਗ ਤਾਂ ਹੁਣ ਮੈਂ ਯਾਰ ਰੰਗ ਤਾਂ ਬਥੇਰੇ ਹੁੰਦੇ ਆ ਵੀਰੇ ਦਾਦੀ ਦਾ ਬਹੁਤ ਕੁਝ ਆ ਜਿਹੜਾ ਆਪਾਂ ਕਹਿੰਦੇ ਆ ਕਿ ਦੇਸ਼ ਆਜ਼ਾਦ ਹੋ ਗਿਆ ਹੈਨਾ 26 ਜਨਵਰੀ ਨੂੰ ਦੇਸ਼ ਆਜ਼ਾਦ ਹੋਇਆ ਸੀ ਹੋਇਆ ਸੀ ਕੀ ਹੋਇਆ ਕੀ ਸੀ ਐਗਜ਼ੈਕਟਲੀ 26 ਜਨਵਰੀ ਨੂੰ ਬਸ ਜੀ ਦੇਸ਼ ਆਜ਼ਾਦ ਹੋ ਗਿਆ ਬਾਕੀ ਹੁਣ ਆਪਾਂ ਨੂੰ ਖੁਸ਼ੀ ਆ ਬਸ ਬਹੁਤ ਆ ਕਿੰਨੇ ਸਾਲ ਹੋ ਗਏ ਆਜ਼ਾਦ ਹੋਏ ਨੂੰ ਪਤਾ ਨਹੀਂ ਯਾਰ ਬਈ ਮੈਨੂੰ ਨਹੀਂ ਪਤਾ ਜਮਾ ਹੀ ਨਹੀਂ ਹੈਗਾ ਯਾਰ ਮੈਂ ਹੁਣ ਦਿਮਾਗ ਮੇਰਾ ਹੋਰ ਕਿਤੇ ਆ ਯਾਰ ਅੱਛਾ ਐਵੇਂ ਪੜਿਆ ਲਿਖਿਆ ਤਾਂ ਬਹੁਤ ਆ ਮੈਂ ਮੇਰਾ ਦਿਮਾਗ ਹੋਰ ਕਿਤੇ ਆ ਇੱਕ ਝੰਡੇ ਦੇ ਵਿੱਚ ਨੀਲਾ ਰੰਗ ਹੁੰਦਾ ਉਹ ਤਾਂ ਵਿਚਾਲੇ ਹੁੰਦਾ ਗੋਲ ਚੱਕਰ ਚ ਉਹਦਾ ਕੀ ਮਤਲਬ ਹੈ ਉਹ ਗੋਲ ਚੱਕਰ ਯਾਰ ਮਜਾਇਆ ਮਤਲਬ ਕੀ ਦੱਸਾਂ ਮੈਂ ਰਿਪਬਲਿਕ ਡੇ ਹੈ ਕੀ ਕਹਿੰਦੇ ਆ ਰਿਪਬਲਿਕ ਡੇ ਨੂੰ ਆਪਾਂ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਇਸ ਦਿਨ ਕੀ ਆਪਣੇ ਭਾਰਤ ਦਾ ਸੰਵਿਧਾਨ ਬਣਿਆ ਸੀ ਆਪਣੇ ਕਿੰਨੇ ਸਾਲ ਹੋ ਗਏ ਇਹ ਰਿਪਬਲਿਕ ਡੇ ਨੂੰ ਮਨਾਉਂਦੇ ਹੋਏ ਇਹ 1950 ਚ ਹੋਇਆ ਸੀ ਆਪਣਾ ਸੰਵਿਧਾਨ ਲਾਗੂ ਕਿੰਨੇ ਸਾਲ ਹੋ ਗਏ ਫਿਰ ਟੋਟਲ 72 ਸਾਲ ਹੋ ਗਏ 72 74 ਹੋ ਗਏ ਤੇ ਆਪਣੇ ਫਲੈਗ ਚ ਕਿੰਨੇ ਕਲਰ ਹੈਗੇ 3 ਕਲਰਸ 3 ਕਲਰਸ ਹੈ ਕਿਹੜੇ ਕਿਹੜੇ ਕੇਸਰੀ ਚਿੱਟਾ ਤੇ ਹਰਾ ਨੀਲਾ ਰੰਗ ਨਹੀਂ ਆਉਂਦਾ ਵਿੱਚ ਨੀਲਾ ਵੀ ਆਉਂਦਾ ਅਸ਼ੋਕ ਚੱਕਰ 4 ਰੰਗ ਹੋ ਗਏ ਹਾਂਜੀ ਹਾਂਜੀ ਕਿਸ ਚੀਜ਼ ਦਾ ਪ੍ਰਤੀਕ ਨੇ ਇਹ ਆਪਣਾ ਕੇਸਰੀ ਰੰਗ ਹੈ ਇਹ ਜੋ ਹੈ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਤੇ ਕੇਸਰੀ ਰੰਗ ਜੋ ਹੈ ਆਪਣਾ ਸਾਰਿਆਂ ਦੀ ਏਕਤਾ ਦਾ ਪ੍ਰਤੀਕ ਹੈ ਔਰ ਜੋ ਹਰਾ ਰੰਗ ਹਰਿਆਲੀ ਦਾ ਪ੍ਰਤੀਕ ਹੈ ਹਾਂਜੀ ਕੇਸਰੀ ਰੰਗ ਜੰਗ ਦਾ ਪ੍ਰਤੀਕ ਹੈਗਾ ਕਿ ਜਿਹਦੇ ਜਿੱਦਾਂ ਆਪਣੇ ਜਿਹੜੀਆਂ ਸ਼ਹੀਦੀਆਂ ਹੋਈਆਂ ਸੀਗੀਆਂ ਜਿਹੜੀਆਂ ਸ਼ਹੀਦੀਆਂ ਦੇ ਸ਼ਹਾਦਤਾਂ ਪਈਆਂ ਸੀਗੀਆਂ ਉਹ ਕੇਸਰੀ ਰੰਗ ਇਸ ਚੀਜ਼ ਦਾ ਪ੍ਰਤੀਕ ਹੈ ਫਤਿਹ ਦਾ ਪ੍ਰਤੀਕ ਹੈ ਹਾਂਜੀ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਇਹ ਤਾਂ ਮੈਨੂੰ ਪਤਾ ਨਹੀਂ ਕਦੋਂ ਮਨਾਈ ਜਾਂਦੀ ਆ ਇਹਦਾ ਮਿਨੇਟਰਾਂ ਨੂੰ ਪਤਾ ਹੋਊਗਾ ਤਾਂ ਕਦੋਂ ਮਨਾਉਂਦੇ ਆ ਕਿੰਨੇ ਸਾਲ ਹੋ ਗਏ ਆਜ਼ਾਦ ਹੋਏ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਆਪਣੇ ਤਿਰੰਗੇ ਦੇ ਵਿੱਚ ਕਿੰਨੇ ਰੰਗ ਹੈ ਇੰਨੇ ਰੰਗ ਕਿਹੜੇ ਕਿਹੜੇ ਉਹ ਵੀ ਨਹੀਂ ਪਤਾ ਮੈਨੂੰ ਵੀਰੇ ਕਿੰਨੇ ਰੰਗ ਹੁੰਦੇ ਝੰਡੇ 'ਚ ਤਿੰਨ ਰੰਗ ਹੁੰਦੇ ਵੀਰੇ ਕਿਹੜੇ ਕਿਹੜੇ ਸੰਤਰੀ ਚਿੱਟਾ ਹਰਾ ਕੀ ਕਿਸ ਚੀਜ਼ ਦਾ ਪ੍ਰਤੀਕ ਨੇ ਇਹ ਸੰਤਰੀ ਕੇਸਰੀ ਦਾ ਆਪਣੇ ਸ਼ਹੀਦਾਂ ਦੇ ਬਲੀਦਾਨ ਦਾ ਚਿੱਟਾ ਸ਼ਾਂਤੀ ਦਾ ਗੋਲ ਚੱਕਰ ਵੀ ਸ਼ਾਂਤੀ ਦਾ ਹਰਾ ਰੰਗ ਆਪਣੇ ਹਰਿਆਲੀ ਦਾ ਠੀਕ ਹੈ ਕਿੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਯਾਰ 26 ਸਾਲ 26 ਸਾਲ ਹੋ ਗਏ
ਘੱਟ ਕਹਿਤਾ ਹੈ ਨਾ 26 ਸਾਲ ਨਹੀਂ ਹੋਏ 74 ਸਾਲ ਹੋ ਗਏ ਆ 74 ਸਾਲ ਹਾਂਜੀ ਹੁਣ ਤਾਂ ਬਾਈ ਭਰਾਈ ਛੱਡਣ ਦੇ ਟੋਹਾਲਾ ਟਾਈਮ ਹੋ ਗਿਆ ਚਲੋ ਕੋਈ ਗੱਲ ਕੀ ਹੈਗਾ ਉਹ ਵੀਰੇ ਅਹੀ ਤਾਂ ਯਾਰ 26 ਜਨਵਰੀ ਆ 26 ਜਨਵਰੀ ਨੂੰ ਕੀ ਕਹਿੰਦੇ ਆਪਾਂ ਪੰਜਾਬੀ ਚ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ ਇਹ ਨਹੀਂ ਵੀਰੇ ਪਤਾ ਹੁਣ ਉਹ ਕਿਉਂ ਤੁਸੀਂ ਭਰਾਵਾ ਸਾਡੇ ਦਵਾਲੇ 26 ਜਨਵਰੀ ਕਿਉਂ ਮਨਾਇਆ ਜਾਂਦਾ ਪਤਾ ਨਹੀਂ ਹਾਂਜੀ ਕੋਈ ਜਿਹੜਾ ਕੰਮ ਦੀ ਚੀਜ਼ ਪੁੱਛੋ ਵੀਰੇ ਕੰਮ ਦੀ ਚੀਜ਼ ਪੁੱਛੋ 26 ਜਨਵਰੀ ਦਾ ਕਾਦਾ 26 ਜਨਵਰੀ ਵੀਰੇ ਇੱਕ ਮਿੰਟ ਮੇਰੀ ਗੱਲ ਸੁਣੋ ਵੀਰੇ ਹਾਂਜੀ ਝਾਕੀ ਨਹੀਂ ਕੱਢੀ ਪੰਜਾਬ ਦੀ ਉਹਨਾਂ ਨੇ ਖਾਣਾ ਇੱਕ ਮਿੰਟ ਵੀਰੇ ਦੀ ਸੁਣ ਲੈਣੇ ਕੀ ਕਹਿ ਰਹੇ ਹੋ ਪੰਜਾਬ ਦੀ ਝਾਕੀ ਨਹੀਂ ਕੱਢੀ ਗਈ ਉੱਥੇ ਗਣਤੰਤਰ ਦਿਵਸ ਤੇ ਉੱਥੇ ਨਾ ਇਹ ਚੀਜ਼ ਨੂੰ ਤੁਸੀਂ ਆਪਣੀ ਜਿਹੜੀ ਆਵਾਜ਼ ਹੈ ਤੁਸੀਂ ਚੱਕ ਸਕਦੇ ਹੋ ਇਹ ਆਵਾਜ਼ ਤੁਸੀਂ ਜ਼ਰੂਰ ਚੱਕਿਓ ਪਤਾ ਕੀ ਆ ਗਲਤ ਗੱਲ ਆ ਯਾਰ ਪੰਜਾਬ ਨੂੰ ਪਹਿਲਾਂ ਹੀ ਇਹਨਾਂ ਨੇ ਪਿੱਛੇ ਕਿਉਂ ਰੱਖਿਆ ਝਾਕੀ ਕਿਉਂ ਨਹੀਂ ਕੱਢੀ ਗਈ ਇਹਦੀ ਕੋਈ ਰੀਜ਼ਨ ਹਰੇਕ ਮਤਲਬ ਰਾਜ ਦੀ ਝਾਕੀ ਕੱਢੀ ਆਪਣੇ ਪੰਜਾਬ ਤੋਂ ਬਿਨਾਂ ਇਹਨਾਂ ਨੇ ਇਸ ਚੀਜ਼ ਦੀ ਆਵਾਜ਼ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਚੱਕ ਸਕਦੇ ਹੋ ਆਪਣੇ ਜਿਹੜਾ ਫੇਸਬੁੱਕ ਤੁਹਾਡਾ ਪੇਜ ਹੈ ਜਾਂ ਫੇਸਬੁੱਕ ਤੇ ਤੁਸੀਂ ਆਵਾਜ਼ ਲਾਈਵ ਹੋ ਕੇ ਜ਼ਰੂਰ ਚੱਕਿਓ ਕਿਉਂਕਿ ਜਿਹੜੀ ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ ਇਸ ਚੀਜ਼ ਦਾ ਹੱਲ ਹੋ ਸਕਦਾ ਵਾ ਜੇ ਤੁਸੀਂ ਆਵਾਜ਼ ਚੱਕਦੇ ਹੋ ਨਹੀਂ ਨਹੀਂ ਬਹੁਤ ਗਲਤ ਗੱਲ ਹੈ ਇਹਨਾਂ ਵਾਸਤੇ ਜਿਹੜਾ ਇਹਨਾਂ ਨੇ ਮਤਲਬ ਪੰਜਾਬ ਨੂੰ ਮਤਲਬ ਆ ਚੀਜ਼ ਪਿੱਛੇ ਰੱਖਿਆ ਵਾ ਝਾਕੀ ਨਹੀਂ ਕੱਢੀ ਗਈ ਬਹੁਤ ਮਾੜੀ ਗੱਲ ਆ ਇਹ ਠੀਕ ਆ ਵੀਰੇ ਓਕੇ ਕੱਢਣੀ ਚਾਹੀਦੀ ਨਾ ਝਾਕੀ 26 ਜਨਵਰੀ ਨੂੰ ਲੈ ਕੇ ਉਹਨਾਂ ਨੇ ਆਪਣੇ ਅਲੱਗ-ਅਲੱਗ ਤਰੀਕੇ ਦੇ ਵਿਊਜ਼ ਦਿੱਤੇ ਨੇ ਤੇ ਕਈਆਂ ਨੂੰ ਪਤਾ ਸੀਗਾ ਤੇ ਕਈਆਂ ਨੂੰ ਨਹੀਂ ਪਤਾ ਸੀਗਾ ਐਦਾਂ ਦੇ ਹੀ ਅੱਛੇ ਅਪਡੇਟ ਸੀ ਤੁਸੀਂ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਦੀਪਕ ਖੀਵਾ ਦੇ ਨਾਲ ਮੈਂ ਸੁਜਲ ਤਮਨ ਲੁਧਿਆਣਾ ਟਾਈਮਸ